ਉਹਨੇਗੀ ਰੋਜ਼ੀ ਰੋਟੀ ਦਾ ਜੁਗਾੜ ਕਰਨੇ ਤਾਂ ਵੀ ਮਤੀ ਮੁਸ਼ਕਤ ਕਰਨੀ ਪਵੇ। ਮੇਰੇ ਕੰਨੇ ਦੋ ਭਰਾ ਸਾਡੇ ਖੜੋਤੇ ਦੇਣ, ਇਹਦੇ ਕਾਲੇ ਆਟੋ ਨੂੰ, ਔਰ ਜਿਸ ਵੇਲੇ ਇਹ ਕਾਲੇ ਆਟੋ ਜੰਮੂ ਸ਼ਹਿਰਾਂ 'ਚ ਆਏ ਹੈ, ਧਾਕ ਹੁੰਦੀ ਸੀ ਇਹਦੀ, ਹਰ ਕਿਸੇ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਆਟੋ 'ਚ ਬੈਠਾ ਜਾ, ਕੀ ਉਸ ਵੇਲੇ ਇੱਕ ਤਾਂ ਤਰੋਂ ਟਾਇਰਾਂ ਵਾਲੇ ਕਿਆ ਆਖਦੇ ਜੀ ਹੁਣੀ ਭੂੰਡ ਭੂੰਡ, ਉਹ ਚੱਲਦੇ ਹੈ, ਛੇੜ ਬੜੀ ਕਰਦੇ ਹੈ, ਔਰ ਤੂੰ ਬੜਾ ਛੋੜਦੇ ਹੈ। ਫਿਰ ਨਵੇਂ ਨਵੇਂ ਜਿਹੜੇ ਆਟੋ ਆਏ, ਲੋਕਾਂ ਇਹਦੀ ਸਵਾਰੀ ਕਰਨੀ, ਪਰ ਅੱਜ ਸਥਿਤੀ ਇਹ ਬਣੀ ਦੀ ਹੈ ਕਿ ਕਈ ਵਾਰੀ ਤਾਂ ਇਹਦੀ ਜਿਹੜੀ ਦਿਹਾੜੀ ਹੈ ਉਹ ਵੀ ਨਹੀਂ ਬਣਦੀ ਹੈ। ਗੱਲਬਾਤ ਕਰਨੇ ਆ ਕੀ ਕਿ ਤਿਆਰੀ ਤਾਂ ਨਹੀਂ ਬਣਦੀ ਕਿ ਹੁਣ ਮਹਾਰਾਜ ਭਾਈ ਆਪਣਾ ਨਵੀਆਂ ਚੀਜ਼ਾਂ ਆਈਏ ਦੀਆਂ, ਨਵੇਂ ਆਟੋ ਆਈਏ ਦੇ, ਤੁਸੀਂ ਦੇਖਿਆ ਹੋਣਾ ਬਾਜ਼ਾਰਾਂ 'ਚ ਸੈਲੇ ਪੀਲੇ ਨੀਲੇ ਰੰਗ ਬਿਰੰਗੇ ਚਲਾ ਕਰਦੇ ਨੇ, ਉਹਦੇ 'ਚ ਪੈਟਰੋਲ ਨਹੀਂ ਪਾਉਂਦਾ ਹੈ, ਉਹ ਬੈਟਰੀ ਉੱਪਰ ਚੱਲਦੇ, ਔਰ ਬੈਟਰੀਆਂ ਇਸ ਵੇਲੇ ਨਵੀਆਂ ਨੇ, ਆਟੋ ਵੀ ਨਵੇਂ ਨੇ ਅਤੇ ਬੈਟਰੀਆਂ ਵੀ ਨਵੀਆਂ ਨੇ, ਤਾਂ ਫਰਾਟੇ ਮਾਰਦੇ ਜਿਹੜੇ ਉਹ ਸੜਕਾਂ ਪਰ ਦਰੌੜਾ ਕਰਦੇ ਨੇ, ਅਤੇ ਇਹਦੇ ਕਾਲੋ ਆਟੋ ਵਾਲਿਆਂ ਕੰਨੇ ਗੱਲਬਾਤ ਕਰਨੀ ਆ ਭਾਈ, ਕਿੰਨਾ ਫਰਕ ਪਿਆ ਇਹਦੇ ਕੰਮਾਂ 'ਚ, ਕਿੰਨਾ ਭਾਈ ਸਾਹਿਬ ਤੁਹਾਡਾ? ਮੇਰਾ ਨਾਮ ਅਜੇ ਕੁਮਾਰ। ਅਜੇ ਕੁਮਾਰ ਜੀ, ਕਿੰਨੇ ਚਿਰ ਹੋਇਆ ਇਹ ਆਟੋ ਚਲਾਉਂਦੇ? ਆਟੋ ਨਾਲ 30 ਸਾਲ ਹੋਈ ਹੈ ਜੀ। 30 ਸਾਲ ਹੋਈ ਆ? ਹਾਂਜੀ, ਲਗਾਤਾਰ ਚਲਾ, ਲਗਾਤਾਰ। ਅਤੇ ਇਸ ਵੇਲੇ ਕੀ ਸਥਿਤੀ ਹੈ ਤੁਹਾਡੀ? ਸਥਿਤੀ ਜ਼ੀਰੋ ਹੈ ਸਰ, ਕੰਮ ਕਾਜ ਹੈ ਨਹੀਂ, ਸਵੇਰੇ ਆਉਂਦੇ ਹਾਂ ਬਈ ਚਲੇ ਜਾਂਦੇ ਘਰ, ਸਵੇਰੇ ਅੱਗੇ ਪਿੱਛੇ ਸਾਰੇ ਆਟੋ ਇੰਨੇ ਜ਼ਿਆਦਾ ਹੋਈ ਜਾਂਦੇ ਨੇ ਕਿ ਮੰਨਦੇ ਨਹੀਂ ਕੁਛ ਹੈ, ਅੱਗੇ ਕਾਲੇ ਆਟੋ ਲੈਂਦੇ, ਫਿਰ ਸ਼ਰਮ ਸਮਝਦੇ ਵੀ ਸਟੈਂਡ ਆ, ਚਲੋ ਇੱਥੋਂ ਨਹੀਂ ਚੁੱਕਣੀ ਅੱਗੋਂ ਚੁੱਕੋ, ਮਗਰ ਸਾਹਮਣੇ ਸਵਾਰੀ ਲੈ ਜਾਂਦੇ ਬਾਲੀ। ਹਾਂ, ਜਿਸ ਵੇਲੇ ਕੁਦਰਤੀ ਗੱਲ ਹੈ ਬਈ, ਜਿਸ ਵੇਲੇ ਗਿਣਤਰੀ ਕੁਸੇ ਦੀ ਵੱਧਦੀ ਹੈ ਅਤੇ ਦਬਦਬਾ ਤਾਂ ਕਾਇਮ ਹੁੰਦਾ ਹੈ ਨਾ, ਦੁਕਾਨ ਦਾ ਕੋਈ ਸਿਸਟਮ ਨਹੀਂ ਹੈ। ਅੱਛਾ, ਮਤਲਬ ਕਿ ਇਹਨੇ ਡਰ ਖਤਰਾ ਕੋਈ ਨਹੀਂ ਹੈ, ਜੇ ਇਹਦੇ ਨਹੀਂ ਠਾਕੋ ਤਾਂ ਲੜਨੇ ਉੱਪਰ ਆ ਜਾਂਦੇ ਨੇ। ਅੱਛਾ, ਹਾਂ, ਉੱਥੋਂ ਤੱਕ ਵੀ ਆਈ ਇਹਦੀ ਹੈ ਨੌਬਤ, ਲੜਨੇ ਉੱਪਰ ਭੇਜ ਜਾਂਦਾ ਹੈ, ਹਾਂ, ਠਾਕੀਏ ਤਾਂ ਲੜਨੇ ਉੱਪਰ ਭੇਜ ਜਾਂਦਾ ਹੈ। ਅੱਛਾ, ਆਹੋ, ਉਹ ਗੱਲ ਆਖਦੇ ਆ ਕਿ ਸਟੈਂਡ ਖਤਮ ਹੋਈ ਹੈ, ਉਹ ਕਿਹੜਾ ਸਟੈਂਡ, ਕੋਈ ਸਟੈਂਡ ਨਹੀਂ ਹੈ, ਕੋਈ ਖਤਮ ਹੋਈ ਹੈ ਸਟੈਂਡ। ਅੱਛਾ, ਕੀ ਆਖਦੇ ਬਸ, ਸਟੈਂਡ ਖਤਮ ਹੋਈ ਹੈ, ਸਟੈਂਡ ਖਤਮ ਹੋਈ ਹੈ, ਤੇ ਇਹਨੇ ਕੀ ਕੋਈ ਇਲਾਕੇ, ਇਹਦੇ ਕੰਨੇ ਕੋਈ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਹੈ, ਅੱਗੇ ਫਿਰ ਚੱਲਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਮਗਰ ਜਿਹੜੇ ਸਾਡੇ ਸਟੈਂਡ ਉੱਪਰ ਆਈਏ, ਸਾਡੇ ਰੇਟ ਤੋੜੀਏ, ਸਵਾਰੀ ਲੈਂਦੇ ਨੇ, ਉਸੇ ਸਾਨੂੰ ਬੜਾ ਦੁੱਖ ਹੁੰਦਾ। ਅੱਛਾ, ਹਾਂ, ਨਹੀਂ ਪੈਸੇ ਤੇ ਇਹ ਵੀ ਸ਼ਾਇਦ ਲੈ ਦੇਣ ਹੁਣ, ਸਰ ਸਾਡੇ ਕੋਲ ਡਬਲ ਕਸਟਮਰ ਕੀ, ਸਾਡੇ ਕੋਲ ਇੱਲੇ ਪੈਸੇ ਡਬਲ ਲੰਦ ਬਣਾ ਨੇ ਇਹ, ਆਹੋ, ਹੁਣ ਇਥੋਂ 20 ਰੁਪਏ ਰੇਟ ਹੁੰਦਾ, ਦੇਖਿਆ ਜਾਏ ਨਾ ਤਾਂ ਇੱਥੋਂ ਜੀਆਂ ਜੀਵਲ ਜਾਣਾ ਹੋਏ ਨਾ, ਰੁਪਈਆ 150, 200, 250, 300 ਬੇਮੋਲ ਦਾ। ਹੁਣ ਥੋੜ੍ਹੇ ਦਿਨ ਪਹਿਲੇ ਉੱਥੋਂ ਆਈ ਹੈ ਨਿਊਜ਼ ਆਪਣਾ ਬੋਬਲਾ ਜਾ ਤੂੰ, ਉਹਨੇ ਬਟਿੰਡੀ ਜਾਣ ਦਾ ਕਿੰਨੇ ਪੈਸੇ 800 ਰੁਪਏ ਮੰਗਿਆ ਜੀ, ਇੰਨੇ ਇਕੜੇ ਆਟੋ ਨੇ, ਇਕੜੇ ਆਟੋ ਨੇ, ਹੁਣ ਦੱਸੋ ਈ ਰਿਕਸ਼ੇ ਨੇ। ਅੱਛਾ, ਪੈਸੇ ਮੈਂ ਵੀ ਸ਼ੈਲ ਲੈ ਦੇਣ, ਥੋੜ੍ਹੇ ਦਿਨ ਪਹਿਲਾਂ ਜਦੋਂ ਏਸ਼ੀਆ ਕੋਲ ਡਰਾਮਾ ਹੋਇਆ ਹਾ, ਉਹ ਬਈਏ ਨੇ ਕੀ ਕੀਤਾ ਹਾ ਕਿ ਉਹਨੇ 500 ਰੁਪਏ ਮੰਗਿਆ ਹਾ ਸਟੇਸ਼ਨ ਦਾ ਉੱਥੋਂ ਜਾਣ ਦਾ ਜੀ, ਜੇ ਆਪਣਾ ਏਸ਼ੀਆ ਤੋਂ, ਤਾਂ ਉਹਦੇ ਪਰ ਵੀ ਕਾਫੀ ਬੰਦੇ ਭੇਜ ਜੀ ਦੇ। ਅੱਛਾ, ਲੇਕਿਨ ਮੁੜਦੇ ਨਹੀਂ ਨੇ। ਅੱਛਾ, ਤੁਸੀਂ ਇਹ ਦੱਸੋ ਵੀ ਕਿੰਨੇ ਦਾ ਆਟੋ ਆਵਾ ਨਵਾਂ? ਸਰ, ਹੁਣ ਦੇ ਆਟੋ ਦੀ ਕੀਮਤ ਹੀ ਖਤਮ ਹੋਈ ਸੀ ਨਾ, ਪਹਿਲੇ ਆਟੋ ਸਰ ਜਦੋਂ ਆਟੋ ਲੈਂਦੇ ਸਾਨੂੰ ਆਟੋ ਪੈਂਦੇ 7-7 ਲੱਖ ਰੁਪਏ ਦਾ। ਅੱਛਾ, ਹਾਂਜੀ, ਪਰਮਿਟ ਦਾ ਵੀ ਪੈਸਾ? ਪਰਮਿਟ ਦਾ ਪੈਸਾ, ਅਤੇ ਜਿਹੜੇ ਕਿਸਤ ਡਿਊ ਹੁੰਦੀ ਸੀ ਉਹ ਡਬਲ ਤਰਬਲ ਸੂਲ ਆ ਜਾਣਾ ਉਲਟਾ। ਅੱਛਾ, ਕਿਸਤਾਂ ਮੰਗਾਉਂਦੇ ਸਾਡੀ ਮਤਲਬ ਅੱਧੀ ਉਮਰ ਇੰਨੀਆਂ ਕੋਈ ਕਿਸਤਾਂ ਮੰਗਾਉਂਦੇ ਗਏ, ਅਤੇ ਜਿਹੜੇ ਕਮਾਉਣੇ ਵਾਰੀ ਆਈ ਅਤੇ ਈ ਰਿਕਸ਼ਾ ਜ਼ਿਆਦਾ ਆਈਏ, ਫਿਰ 0 ਹੀ ਹੈ, ਜਦ ਸਾਨੂੰ ਇਸ ਵੇਲੇ 4-4 ਲੱਖ ਰੁਪਏ ਦਾ ਪਰ ਬੰਦੇ ਘਾਟਾ ਪੈਂਦਾ। ਅੱਛਾ, ਅਤੇ ਹੁਣ ਤਾਂ ਵੀ ਸੁਣਨੇ 'ਚ ਆਵਾ ਦਾ ਕਿ ਤੁਸੀਂ ਅਗਰ ਵੇਚਣਾ ਚਾਹੋ ਤਾਂ ਕੋਈ ਖਰੀਦਦਾਰ ਵੀ ਨਹੀਂ ਹੈ? ਖਰੀਦਦਾਰ ਹੈ ਨਹੀਂ, ਰੀਸੇਲ ਤਾਂ ਖਤਮ ਹੀ ਹੋ ਗਈ ਸਰ, ਰੀਸੇਲ ਖਤਮ ਹੋ ਗਈ, ਗੱਡੀ ਦੀ ਪਹਿਲੇ ਤਾਂ ਹੱਥੋਂ ਹੱਥ ਵਿਕਦਾ, ਪਹਿਲੇ ਹੱਥੋਂ ਹੱਥ ਵਿਕਦਾ। ਅੱਛਾ, ਤੁਸੀਂ ਜਿਹੜੇ ਇਹਦੇ ਪਰਮਿਟ ਲੈਤੇ ਦੇ ਨੇ, ਹੁਣ ਉਹਨੇ ਕੀ ਪਰਤੀ ਹੈ ਭਾਈ ਆਪਣਾ ਰੀਨਿਊ ਕਰਵਾਉਂਦੇ ਹੋ? ਰੀਨਿਊ ਤਾਂ ਕਰਾਉਣੇ ਪੈਂਦੇ ਸਰ, ਮੈਂ ਕੰਮ ਹੀ ਨਹੀਂ ਹੈ ਕਰਾਉਣਾ ਕਿੱਥੋਂ। ਅੱਛਾ, ਸਾਰਾ ਕੰਮ ਹੁੰਦਾ ਪੈਸੇ ਕਰਨੇ, ਕੰਮ ਹੀ ਨਹੀਂ ਹੈ। ਅਤੇ ਪਹਿਲਾਂ ਕਿੰਨੀ ਦਿਹਾੜੀ ਬਣਦੀ ਤੁਹਾਡੀ? ਪਹਿਲੇ ਬਣੀ ਹੁੰਦੀ ਠੀਕ ਹੈ, 5-7 ਖਰਚਾ ਘਰ ਪਰਿਵਾਰ ਨਿਕਲ ਜਾਂਦਾ, ਅਤੇ ਹੁਣ
ਹੁਣ ਸਰ ਬਸ ਤੇਲ ਖਰਚਾ ਹੀ ਬਣਦਾ, ਜਾਂ ਤੇਲ ਬਣਾ ਲਓ ਜਾਂ ਘੜਾ ਬਣਾ ਲਓ ਬਸ। ਅੱਛਾ, ਹੁਣ ਕੰਮ ਹੈ ਨਹੀਂ, ਬਿਲਕੁਲ ਜ਼ੀਰੋ ਕੰਮ ਹੈ, ਜ਼ੀਰੋ ਕੰਮ ਹੈ। ਦਿਮਾਗ ਚ ਕਿ ਕਾਲੇ ਟੋਲੇ ਪੈਸੇ ਜ਼ਿਆਦਾ ਮੰਗਦੇ ਆ, ਮਗਰ ਹਕੀਕਤ ਇਹ ਹੈ ਕਿ ਕਾਲੇ ਟੋਲੇ ਪੈਸੇ ਜਾਇਜ਼ ਮੰਗਦੇ ਆ, ਔਰ ਜਿਹੜੇ ਨਜਾਇਜ਼ ਮੰਗਦੇ ਆ ਉਹਨਾਂ ਦਾ ਕੋਈ ਖਬਰ ਹੀ ਨਹੀਂ ਲੈਂਦਾ। ਅੱਛਾ, ਉਹਦੇ ਤਾਂ ਚੜਦੇ ਹੋਣੇ ਭਾਈ, ਚੌਣੇ ਬੱਕੀਆਂ ਬਾਰੀਆਂ ਖੁੱਲੀ ਨਾ ਹਵਾ ਲੱਗਦੀ, ਹਵਾ ਲੱਗਦੀ ਹੈ ਬਸ। ਹਾਂਜੀ, ਭਾਵੇਂ ਜੇਬ ਕੋਟੇ ਸਮਾਨ ਰੁਕੇ ਕੋਈ ਪਤਾ ਨਹੀਂ, ਮਗਰ ਉਹ ਇਹ ਸੋਚਿਆ ਕਿ ਈ ਰਿਕਸ਼ਾ ਹੀ ਪਾਉਣਾ। ਅੱਛਾ, ਭਾਵੇਂ ਪੈਸਾ ਕੋਈ ਡਬਲ ਮੰਗਣੋ, ਮਗਰ ਉਹਦੀ ਸੋਚ ਹੀ ਨਹੀਂ। ਅਸੀਂ ਵੀ ਦੇਖਿਆ ਭਾਈ, ਜਿਹੜੇ ਕਾਲੇ ਆਟੋ ਵਾਲੇ ਨੇ ਉਹਨੇ ਜ਼ਰੂਰ ਕੋਈ ਜੈਕਟ ਪਾਈ ਦੀ ਹੈ ਭਾਈ, ਆਪਣਾ ਲਿਬਾਸ ਵੀ ਬੜਾ ਅੱਛਾ ਹੈ ਉਹਦੇ 'ਚ, ਤਾਂ ਮੈਂ ਕਈ ਵਾਰੀ ਦੇਖਿਆ ਭਾਈ ਨਿਕਰੇ 'ਚ ਵੀ ਚਲਾ ਕਰਦੇ ਨੇ। ਹਾਂ ਬਿਲਕੁਲ ਬਿਲਕੁਲ, ਅਸੀਂ ਵਰਦੀ ਚਲਾਈ ਸਾਰੀ ਉਮਰ, ਅਸੀਂ ਵਰਦੀ ਖੋਲ੍ਹੀ ਨਹੀਂ, ਵਰਦੀ ਚਲਾਣ ਹੁੰਦੇ ਸੀ ਕੋਈ ਚਲਾਣ ਨਹੀਂ, ਰੰਗ ਸਾਈਡ ਵੀ ਜਾਂਦਾ ਹੁੰਦਾ ਕੋਈ ਚਲਾਣ ਨਹੀਂ। ਕੀ ਗੱਲ, ਕੀ ਨਹੀਂ ਹੁੰਦਾ ਇਹਦਾ ਚਲਾਣ? ਪਤਾ ਨਹੀਂ ਸਰ, ਹੁਣ ਇਹ ਸਰਕਾਰ ਹੀ ਜਾਣਦੀ ਹੈ ਕੀ ਚੱਕਰ। ਪਹਿਲਾਂ ਤੁਹਾਨੂੰ ਆਪੇ ਪਤਾ ਲੱਗਣਾ ਕਿ ਆਪਣਾ ਹਾਈਕੋਰਟ, ਹਾਈਕੋਰਟ ਤੋਂ ਈ ਰਿਕਸ਼ਾ ਲੈਣ ਕੇ ਕੀਤਾ ਉਹਨੇ, ਉਹਦੇ ਟੂਟੀਆਂ ਉਂਡੀਆਂ ਖੋਲੀਆਂ ਅਤੇ ਟੂਟੀਆਂ ਉਂਡੀਆਂ ਕੱਢ ਕੇ ਉਹ ਪੰਪਾਂ ਲੈਣ ਫੜਿਆ ਅੰਫਲੇ ਕੋਲ। ਇਹ ਹਾਲ ਹੈ, ਇਹ ਜਿੰਨੇ ਵੀ ਹਨ ਕੁਛ ਚੰਨ ਹਨ ਜਿਹੜੇ ਨਸ਼ੇਰੀ ਹਨ, ਕੰਮ ਕਰਨ, ਸਾਨੂੰ ਕੋਈ ਪ੍ਰੋਬਲਮ, ਚਲੋ ਬੇਰੁਜ਼ਗਾਰੀ ਬੜੀ, ਕੰਮ ਕਰਨ ਮਗਰ ਨਜਾਇਜ਼ ਨਹੀਂ ਕਰਨ ਬਸ। ਤੇ ਕੀ ਚਾਹੁੰਦੇ ਹੋ ਤੁਸੀਂ ਭਾਈ, ਇਹਨੇ ਕੀ ਰੂਟ ਅਲਾਟ ਕੀਤੇ ਜਾਣ? ਸਰ ਰੂਟ ਕਿੱਥੇ ਅਲਾਟ ਕਰਨਗੇ, 6 ਕਿਲੋਮੀਟਰ ਸਿਟੀ ਹੈ ਸਾਡੀ, ਸਾਰੇ ਇੱਥੇ ਹੀ ਘੁੰਮਾਉਣ, ਅਤੇ ਦੂਆ ਪਹਾੜੀ ਇਲਾਕੇ ਦੇ ਜਾ ਨਹੀਂ ਸਕਦੇ, ਜਾ ਨਹੀਂ ਸਕਦੇ। ਮਗਰ ਤੁਸੀਂ ਆਖੋ ਵੀ ਨਗਰੋਟਾ ਜਾ ਤੇ ਉਹਨੇ ਕੀ ਜਾਣਾ, ਇਹ ਹੈ ਕਿ ਦੇਖ ਲੇਖ ਕਰਨ ਸਾਰੇ ਦੀ, ਸਾਰੇ ਕੰਮ ਕਰਨਾ, ਯਾਨੀ ਕਿ ਕੰਮ ਉਹਨੇ ਵੀ ਥੋਇਆ, ਕੰਮ ਤੁਸੀਂ ਵੀ, ਸਾਨੂੰ ਵੀ ਥੋਇਆ, ਬਸ ਇਹ ਪ੍ਰੋਬਲਮ ਸਾਡਾ, ਉਹ ਕੁਛ ਨਹੀਂ। ਸਾਰੇ ਸਟੈਂਡ ਅੱਗੋਂ ਪਿੱਛੋ ਨਹੀਂ ਹੋਣ, ਅੱਗੋਂ ਜਿੰਨਾ ਮਰਜ਼ੀ ਕੰਮ ਕਰਨ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਬਸ ਸਾਡੇ ਸਟੈਂਡ ਜਿਹੜੇ ਸਵਾਰੀ ਖਰਾਬ ਕਰ ਦੇਣਾ, ਸਾਨੂੰ ਉਹ ਪ੍ਰੋਬਲਮ ਹੈ, ਬਾਕੀ ਕੋਈ ਪ੍ਰੋਬਲਮ, ਬਾਕੀ ਕੋਈ ਮੁਸ਼ਕਲਾਤ ਨਹੀਂ ਹੈ ਭਾਈ। ਮੁਸ਼ਕਲਾਤ ਇਹਨੇ ਕਿ ਕਾਲੇ ਆਟੋ ਵਾਲੇ ਕੀ ਆ ਕਰਦੀ ਹੈ ਕਿ ਇਹਦੇ ਸਟੈਂਡ ਉੱਪਰ ਆਉਣੀ ਹੈ, ਉਹ ਸਵਾਰੀ ਲਈ ਹੈ ਜਿਹੜੀ ਉਹ ਰੋਈ ਜਾਂਦੇ ਨਾ, ਅਤੇ ਇਹਦੀ ਵਿਚਾਰੇ ਦੀ ਜਿਹੜੀ ਦਿਹਾੜੀ ਹੈ ਉਹ ਵੀ ਮੁਸ਼ਕਲ ਕਿਆ ਬਣਦੀ ਹੈ।